ऐसा मन डोलिया 7 साल की लड़की नाल उन्होंने पूरा ये भगवान भी है शैतान भी है कोई पता नहीं केड़े वेले की हो जाना है ਜੰਗ ਦੇ ਆਲਮ ਦਾ ਜਿਹੜਾ ਮਹਿੰਦਰ ਤੁਹਾਡਾ ਕਰੈਕਟਰ ਆ ਉਹ ਜਦੋਂ ਬਾਹਰ ਜੰਗ 'ਚ ਗਏ ਨੇ ਮਿਸਰ ਵਾਲੇ ਪਾਸੇ ਤੇ ਪਹਿਲੀ ਰਾਤ ਉਹ ਜਾਂਦੇ ਨੇ ਉਹ ਪੂਰੀ ਅਤੇ ਉਹ ਬਜ਼ੁਰਗ ਮਾਤਾ ਪਾਉਂਦੇ ਹੁੰਦੇ ਨਾ ਉਹਨੂੰ ਆਂਡੇ ਦੇਣ ਵਾਸਤੇ ਤੇ ਪਹਿਲੇ ਦਿਨ ਜਦੋਂ ਕੁੜੀ ਉਹਦੇ ਨਾਲ ਦੇਖਦੀ ਹੈ ਬੜੀਆਂ ਮਸੂਮ ਮੰਗਦੀਆਂ ਅੱਖਾਂ ਦੇ ਨਾਲ ਉਹਦੇ ਕੋਲ ਸਾਥੀਆਂ ਨੂੰ ਵੀ ਕਹਿੰਦਾ ਕਿ ਇਹਨਾਂ ਨੂੰ ਛੱਡ ਦਿਓ ਤੁਸੀਂ ਇਹਨੂੰ ਛੱਡ ਦਿੰਦੇ ਆ ਅਗਲੇ ਦਿਨ ਉਹਦੇ ਇਨਸਾਨ ਜਾਗ ਪਿਆ ਅਗਲੇ ਦਿਨ ਉਹ ਆਪ ਇਕੱਲਾ ਜਾਂਦਾ ਫਿਰ ਤੇ ਉਹ ਕੁੜੀ ਦੀ ਹੁੰਦੀ ਤੇ ਉਹ ਜਿਹੜੀ ਬਜ਼ੁਰਗ ਉਹਦੇ ਨਾਲ ਕਬੂ ਜਿਹੜਾ ਉਹ ਵਿਚਰਦਾ ਹੈ ਕਬੂ ਜਾ ਪਿਆ ਲੈ ਇਹ ਤੁਸੀਂ ਥੋੜ੍ਹੀ ਬਾਤ ਕੋਈ ਹੁਣ ਸਵਾਲ ਇੱਕ ਦੋ ਕਰੋ ਖਤਮ ਹੋ ਰਿਹਾ ਤੁਸੀਂ ਤੁਸੀਂ ਪੁੱਛੋ ਹਾਂ ਸੀਤਲ ਸਾਹਿਬ ਤੁਸੀਂ ਸਾਰੀ ਧਰਮ ਪ੍ਰਚਾਰ ਕੀਤਾ ਅਤੇ ਬਾਕੀ ਧਰਮਾਂ ਦੇ ਮੁਕਾਬਲੇ 'ਚ ਜਿਵੇਂ ਜੈਨ ਧਰਮ ਬੁੱਧ ਧਰਮ ਅਤੇ ਹਿੰਦੂ ਧਰਮ ਅਤੇ ਇਸਲਾਮ ਸਿੱਖ ਧਰਮ ਦੀ ਸ੍ਰੇਸ਼ਠਤਾ ਕੀ ਹੈ ਜਾਂ ਇਹ ਕਹਿ ਲਓ ਪਹਿਲੇ ਇਹਦੀ ਮੌਲਿਕਤਾ ਕੀ ਆ ਦੋ ਸਵਾਲ ਹੋ ਗਏ ਪਹਿਲੀ ਗੱਲ ਜੀ ਇਸਲਾਮ ਧਰਮ ਹੈ ਹਿੰਦੂ ਧਰਮ ਸੇ ਇਸ ਨਾਲ ਕੋਈ ਵੀ ਧਰਮ ਨਹੀਂ ਕੋਈ ਇੱਕ ਗ੍ਰੰਥ ਨਹੀਂ ਜਿਹਨੂੰ ਕਹਿਣਗੇ ਵੀ ਇਹ ਸਭ ਤੋਂ ਠੀਕ ਹੈ ਮੈਂ ਸ੍ਰੇਸ਼ਟਾ ਪੁੱਛੀ ਆਪਣੇ ਧਰਮ ਮੇਰੇ ਕਹਿਣ ਤੋਂ ਮਤਲਬ ਕਿ ਉਹ ਇਹ ਸ੍ਰੇਸ਼ਟਾ ਅਗਲੀ ਤਾਂ ਮੇਰੇ ਅਮਲੀ ਤੌਰ 'ਤੇ ਮੈਂ ਸਮਝਣਾ ਹੈ ਕਿ ਮੈਂ ਪਾਗਾਂ ਵਾਲਾ ਹਾਂ ਅਤੇ ਮੇਰਾ ਜਨਮ ਸਿੱਖਾਂ ਦੇ ਘਰ ਹੋਇਆ ਕਿਸੇ ਹੋਰ ਧਰਮ ਨੂੰ ਮੰਨਣ ਵਾਲਿਆਂ ਦੇ ਘਰ ਵੀ ਜਨਮ ਹੋਇਆ ਹੁੰਦਾ ਮੈਂ ਅੱਜ ਫਿਰ ਵੀ ਸਿੱਖੂੰਗਾ ਵਿਚਾਰੇ ਵੇਦ ਪੜ੍ਹੇ ਨੇ 6 ਸ਼ਾਸਤਰ ਪੜ੍ਹੇ ਨੇ ਸ਼ਾਸਤਰ ਛੋਟੇ ਹਨ ਜੀ ਕਈ ਥਾਵਾਂ 'ਤੇ ਇੰਨੀ ਬਰੀਕੀ ਤੱਕ ਗਏ ਨੇ ਜੀ ਉਹਦਾ ਹਿਸਾਬ ਕੋਈ ਨਹੀਂ ਵੇਦਾਂਤ ਸ਼ਾਸਤਰ ਹਰ ਗੱਲ ਦਾ ਅੱਛਾ ਕੁਰਾਨ ਸ਼ਰੀਫ ਵੀ ਪੜ੍ਹਿਆ ਦੋ ਅੰਜੀਲਾਂ ਨੇ ਓਲਡ ਟੈਸਟਾਮੈਂਟ ਨਿਊ ਟੈਸਟਾਮੈਂਟ ਦੋਵੇਂ ਪੜ੍ਹੀਆਂ ਨੇ ਕੀ ਸਵਾਲ ਲੱਗਾ ਸੀ ਕਰਨ ਮੈਂ ਹੋਇਆ ਗੁਰਜਾਨਾ ਕਹਿੰਦੇ ਧਰਮ ਦੀ ਸ੍ਰੇਸ਼ਟਤਾ ਕੀ ਆ ਜਾਂ ਮੌਲਿਕਤਾ ਆਪਣੇ ਧਰਮ ਦੀ ਦੱਸੋ ਕਿਉਂਕਿ ਤੁਸੀਂ ਸਾਰੀ ਉਮਰ ਪ੍ਰਚਾਰ ਕੀਤਾ ਤੁਹਾਡੇ ਧਰਮ ਦੀ ਮੌਲਿਕਤਾ ਕੀ ਆ ਵਾਟ ਇਜ਼ ਓਰੀਜਨੈਲਿਟੀ ਆਫ ਯੋਰ ਰਿਲੀਜਨ ਮੇਰੀ ਰਾਏ ਹੈ ਕਿ ਸਿੱਖ ਧਰਮ ਸਾਰਿਆਂ ਨੂੰ ਚੰਗਾ ਹੈ ਇਹਦੇ ਵਿੱਚ ਇਨਸਾਨ ਨੂੰ ਇਨਸਾਨ ਬਣਾ ਕੇ ਮੰਨਿਆ ਗਿਆ ਇਸ ਤਰ੍ਹਾਂ ਕਿ ਇਨਸਾਨ ਆ ਮੇਰਾ ਮਤਲਬ ਸਾਡੀ ਮੌਲਿਕਤਾ ਕੀ ਹੈ ਇੱਕ ਪਰਮਾਤਮਾ ਭਲਾ ਇਹਨਾਂ ਗੱਲਾਂ ਕਰਦਿਆਂ ਕਿਹਾ ਸੀਗਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿੰਨੀਆਂ ਫੇਰੀਆਂ ਪਾਈਆਂ ਨੇ ਜਿੰਨਾ ਆਪਣੇ ਧਰਮ ਦੇ ਖਾਤੇ ਪ੍ਰਚਾਰ ਕੀਤਾ ਹੋਰ ਕਿਸੇ ਨੇ ਅੱਜ ਉਹਦੀ ਕਹਾਣੀ ਵੀ ਸਾਡੇ ਸਾਹਮਣੇ ਇੱਕ ਤਰ੍ਹਾਂ ਬਣਾ ਤੇ ਇੱਕ ਤਰ੍ਹਾਂ ਨਾਵਲ ਕਰ ਦਿੰਦੀ ਹੈ ਕਹਿਣ ਤੋਂ ਮੇਰਾ ਮਤਲਬ ਕਿੰਨਾ ਕਿ ਦੂਜੇ ਧਰਮਾਂ ਦਾ ਮੇਰਾ ਮਕਾਨ ਦੂਜਿਆਂ ਨਾਲੋਂ ਚੰਗਾ ਜਾਂ ਮਾੜਾ ਹੈ ਜਿੰਨੇ ਕਿ ਆਸੇ ਪਾਸੇ ਨਹੀਂ ਦੇਖਾਂਗੇ ਕੀ ਪਤਾ ਲੱਗੇ ਦੂਜੇ ਧਰਮਾਂ ਦੇ ਬਾਬਤ ਮੈਂ ਜਾਣਦਾ ਹਾਂ ਮੈਂ ਇਸ ਵਾਸਤੇ ਸਮਝਿਆ ਕਿ ਧਰਮ ਸਭ ਤੋਂ ਉਚੇਰਾ ਵਿਆਖਿਆ ਕਰਨੀ ਬੜੀ ਮੁਸ਼ਕਲ ਹੈ ਦੋ ਜ਼ਿਲ੍ਹੇ ਨੇ ਜੀ ਇੱਕ ਓਲਡ ਟੈਸਟਾਮੈਂਟ ਇੱਕ ਨਿਊ ਟੈਸਟਾਮੈਂਟ ਉੱਥੇ ਇੰਗਲੈਂਡ ਵਿੱਚ ਇੱਕ ਈਸਾਈ ਮਿਲ ਗਿਆ ਅਤੇ ਜਿਹੜਾ ਬੈਠਾ ਸੀ ਗ੍ਰੰਥੀ ਉਹ ਇੱਧਰੋਂ ਪ੍ਰੋਫੈਸਰੀ ਛੱਡ ਕੇ ਗਿਆ ਪ੍ਰੋਫੈਸਰੀ ਤਨਖਾਹ ਨਾਲ ਉੱਥੇ ਪਾਉਣ ਵੀ ਘਰੇ ਮਿਲਦੇ ਸਰ ਉਹ ਪਾਦਰੀ ਖਲੋਤਾ ਹੈ ਉਹ ਕਹਿੰਦਾ ਹੈ ਕਿ ਦੋਵਾਂ 'ਚ ਇਕੱਠਾਪਣ ਕੀ ਹੈ ਕੀ ਇਕੱਠੇ ਨਹੀਂ ਹੁੰਦੇ ਦੋਵੇਂ ਮੈਂ ਉਸ ਪ੍ਰੋਫੈਸਰ ਦੀ ਵੀ ਮੈਂ ਦਰਜ ਮਾਤਾ ਪੜ੍ਹਿਆ ਉਹ ਐਮ ਏ ਤਾਂ ਉਹ ਘੱਟ ਤੋਂ ਘੱਟ ਕਹਿੰਦੇ ਮੈਂ ਜਵਾਬ ਨਹੀਂ ਸਕਦਾ ਸਾਡੇ ਪ੍ਰਚਾਰਕ ਆਏ ਨੇ ਜਵਾਬ ਦੇਣ ਹੈਲੋ ਮੈਂ ਇੱਕੋ ਹੀ ਗੱਲ ਸਾਂਝੀ ਤੁਸੀਂ ਕਹਿੰਦੇ ਰੱਬ ਇੱਕ ਅਸੀਂ ਕਹਿੰਦੇ ਰੱਬ ਇੱਕ ਤੁਸੀਂ ਕਹਿੰਦੇ ਹਜ਼ਰਤ ਈਸਾ ਖੁਦਾ ਦਾ ਪੁੱਤਰ ਅਸੀਂ ਸਾਰੇ ਖੁਦਾ ਦੇ ਪੁੱਤਰ ਖੈਰ ਮੈਂ ਉਹਨੂੰ ਕਿਹਾ ਮੈਂ ਤੂੰ ਅੰਗਰੇਜ਼ ਹਾਂ ਕਹਿੰਦਾ ਹਾਂ ਮੈਂ ਤੂੰ ਈਸਾਈ ਹੋ ਹੀ ਨਹੀਂ ਸਕਦਾ ਉਹ ਪ੍ਰੋਫੈਸਰ ਮੇਰੇ ਨੂੰ ਦੇਖ ਵੀ ਗੱਲ ਕੀ ਕਹਿੰਦਾ ਇਹਨੇ ਦੋ ਜ਼ਿਲ੍ਹਿਆਂ ਨੇ ਇੱਕ ਓਲਡ ਟੈਸਟਾਮੈਂਟ ਇੱਕ ਨਿਊ ਟੈਸਟਾਮੈਂਟ ਅਤੇ ਨਿਊ ਟੈਸਟਾਮੈਂਟ ਮੰਗੇ ਨੇ ਉਹ ਤਾਂ ਮਤੀ ਨੂੰ ਪ੍ਰੈਫਰ ਕਰਦੇ ਨੇ ਵਜਾਈ ਦਿੰਦੇ ਨੇ ਉਹ ਪਹਿਲਾ ਭਾਗ ਹੈ ਦੂਜੇ ਉਹ ਛੋਟੀ ਹੈ ਦੂਜੇ ਵੀ ਉਹਦੇ ਨਾਲ ਨਾਲ ਹੀ ਚੱਲਦੇ ਨੇ ਸ਼ਬਦਾਂ ਦੇ ਹਿਰਫਾਰੇ ਕੁਛ ਨਹੀਂ ਮੈਂ ਕਿਹਾ ਇਹਦੇ ਪ੍ਰਚਾਰਕਾਂ ਨੇ ਜਿਹੜਾ ਕਹੇ ਕਿ ਹਜ਼ਰਤ ਈਸਾ ਦੇ ਜਿਹੜੇ ਆਤੇ ਸ਼ਫਾ ਹੈ ਜਿੱਥੇ ਰਹਿਮਤ ਆਸ ਫੇਰ ਦੇਵੇ ਉਹ ਸਾਰੇ ਸੁੱਖ ਦੂਰ ਹੋ ਜਾਂਦੇ ਨੇ ਮੈਂ ਕਿਹਾ ਇੱਕ ਔਰਤ ਆਉਂਦੀ ਹੈ ਉਹਦੀ ਮੁਤਿਆਰ ਸੀ
ਪਾਗਲ ਹੋਈ ਕਹਿੰਦੇ ਪ੍ਰਭੂ ਤੇਰੇ ਆਪੇ ਸ਼ਫਾ ਹੈ ਮੇਰੀ ਤੋਂ ਇੱਕ ਲੜਕੀ ਹੈ ਅਤੇ ਰਾਮਦਾਸ ਫੇਰ ਦੇ ਅਤੇ ਅਰੋਗ ਹੋ ਜਾਏਗੀ ਨਾ ਮੇਰੀ ਦੁਨੀਆਂ ਵੱਜਦੀ ਰਹੇਗੀ ਕਹਿੰਦਾ ਤੂੰ ਇਹਦਾ ਹੀ ਨਹੀਂ ਕਹਿੰਦੀ ਨਹੀਂ ਪ੍ਰਭੂ ਮੈਂ ਕਨਾਲ ਨਹੀਂ ਅੰਜੀਰ ਦੇ ਸ਼ਬਦ ਹਨ ਮੈਂ ਬੱਚਿਆਂ ਦੀ ਰੋਟੀ ਕੁੱਤਿਆਂ ਦੀ ਪਾਉਣ ਨੂੰ ਤਿਆਰ ਨਹੀਂ ਪਰ ਮੈਂ ਕਾਲਜ ਪੜ੍ਹਿਆ ਜੀ ਮਗਰ ਇਬਰਾਹੀਲ ਦਾ ਮਤਲਬ ਹੈ ਹਜ਼ਰਤ ਇਬਰਾਹੀਮ ਦੀ ਔਲਾਦ ਹੋਰ ਕਿਸੇ ਵਾਸਤੇ ਨਹੀਂ ਤੁਸੀਂ ਇਬਰਾਹੀਮ ਦੀ ਔਲਾਦ ਕਦੋਂ ਮੈਂ ਫਿਰ ਉਸ ਮਾਈ ਦਾ ਸਿਰ ਦੇਖ ਕਹਿੰਦੇ ਪ੍ਰਭੂ ਤੇ ਪੂਰੇ ਬੱਚਿਆਂ ਦਾ ਸਿਰ ਬਿਨਾਂ ਕੁੱਤਿਆਂ ਦੇ ਕੰਮ ਆ ਗਿਆ ਉਹਦਾ ਉਹਦੇ ਕੋਲ ਕੋਈ ਜਵਾਬ ਨਹੀਂ ਸੀ ਕੋਈ ਕੁਰਾਨ ਸ਼ਰੀਫ ਦੀ ਬਾਬਤ ਪਾਕਿਸਤਾਨ 'ਚ ਇੱਕ ਲੋਰੀਆ ਮੁੰਡਾ ਮਿਲਿਆ ਪੜ੍ਹਿਆ ਲਿਖਿਆ ਮੈਂ ਕਿਹਾ ਕੁਰਾਨ ਸ਼ਰੀਫ ਇੱਕ ਡੰਡਾ ਹੈ ਸੋਚਣ ਵਾਸਤੇ ਉਹਦੀ ਕੋਈ ਨਹੀਂ ਤਾਂ ਕਮੀ ਮੈਂ ਕਿਹਾ ਤਲਾਕ ਦਾ ਸਮਝ ਲਾ ਇਹਨਾਂ ਵਿੱਚ ਇਹ ਵੀ ਜੇ ਤਿੰਨ ਵਾਰਾਂ ਮਾਲਕ ਤਲਾਕ ਆਪਦੇ ਤਾਂ ਵੀ ਤਲਾਕ ਹੋ ਗਏ ਉਹ ਲਿਖ ਕੇ ਜਿਹਦੇ ਵਿੱਚ ਉੱਥੋਂ ਵੀ ਪੱਕਾ ਪਰ ਉਹਦੀ ਔਰਤ ਉਹਦੇ ਸਿਰ ਕੁਝ ਬੈਠੀ ਰਹਿੰਦੀ ਨੱਬੇ ਦਿਨਾਂ ਦੇ ਅੰਦਰ ਉਹ ਫਿਰ ਚਾਹੇ ਤਾਂ ਉਹਨੂੰ ਆਪਣੇ ਨਿਕਾਹ 'ਚ ਲੈ ਸਕਦਾ ਮੈਂ ਜੇ 100 ਦਿਨ ਹੋ ਗਏ ਫਿਰ ਕੀ ਆਖਰ ਆ ਗਈ ਕੋਈ ਦਲੀਲ ਹੈ ਮੈਂ ਕਿਹਾ ਇਸ ਤੋਂ ਅਗਲੀ ਆਇਤ ਪੜ੍ਹ ਮੇਰੇ ਵੱਲ 200 ਪਤਵੀਆਂ ਕੀ ਹੈ ਹੁਣ ਪੁਲਗਾ ਜਾ ਰਿਹਾ ਬੁਢਾਪੇ ਦੇ ਕਾਰਨ ਉਹਦੇ 'ਚ ਲਿਖਿਆ ਕਿ ਉਹੀ ਔਰਤ ਕਿਸੇ ਹੋਰ ਨਾਲ ਨਿਕਾਹ ਕਰਾ ਲੈਂਦੀ ਬਾਕਾਇਦਾ ਉਹਦੀ ਬੀਵੀ ਬਣ ਕੇ ਵਸਦੀ ਹੈ ਕਿਸੇ ਕਾਰਨ ਉਹਦੇ ਵੱਲੋਂ ਤਲਾਕ ਹੋ ਜਾਂਦਾ ਫਿਰ ਪਹਿਲੇ ਮਾਲਕ ਨਾਲ ਆਣ ਕੇ ਨਿਕਾਹ ਕਰਾ ਸਕਦੀ ਫਿਰ ਪਵਿੱਤਰ ਹੋ ਗਈ ਕੋਈ ਤਰੀਕਾ ਨਹੀਂ ਜਿੰਨਾ ਚਿਰ ਇੱਥੇ ਹੁਣੀ ਕਿੱਥੇ ਮੈਂ ਲੈਕਚਰ ਦੇ ਰਿਹਾ ਸਾਂ ਕੁਰਾਨ ਸ਼ਰੀਫ ਦੀ ਇੱਕ ਆਇਤ ਹੈ ਅਲ ਖਮਰੂ ਉਹਦਾ ਮਤਲਬ ਹੈ ਸ਼ਰਾਬ ਸਾਈਆਂ ਬੁਰਾਈਆਂ ਦੀ ਮਾਂ ਹੈ ਪ੍ਰਚਾਰਕ ਸਭ ਨੂੰ ਬੋਲ ਉੱਠਿਆ ਤੂੰ ਕੁਰਾਨ ਪੜ੍ਹਿਆ ਮੈਂ ਕਿਹਾ ਕਿਉਂ ਮੈਂ ਸਗੋਂ ਆਇਤ ਗਲਤ ਪੜ੍ਹੀ ਹੈ ਅਨੂ ਮੈਨੂੰ ਕੀ ਪਤਾ ਸੋ ਇਹ ਮੈਂ ਸਾਰੇ ਗ੍ਰੰਥ ਪੜ੍ਹੇ ਨੇ ਤੁਸੀਂ ਪਾਸੇ ਵਿੱਚ ਹਾਂਜੀ ਅੱਜ ਕੱਲ੍ਹ ਜਿਹੜੇ ਤੁਸੀਂ ਬਹਿ ਰਹੇ ਹੋ ਇੱਥੇ ਕੰਢੇ ਭਾਰਤ ਵਿੱਚ ਅਤੇ ਇਸ ਗਲਾਪੇ ਦੇ ਦੌਰ ਦੀ ਕੋਈ ਰਚਨਾ ਤੁਸੀਂ ਲਿਖ ਰਹੇ ਹੋ ਜਾਂ ਸੋਚੀ ਹੈ ਕੋਈ ਨਹੀਂ ਦੇਖੋ ਮੈਂ ਇੱਕ ਦਿਨ ਅੰਦਾਜ਼ਾ ਲਗਾਇਆ ਸੀ ਮੈਂ 16-17 ਹਜ਼ਾਰ ਸਫ਼ਾ ਲਿਖੀ 4-5 ਸਾਲ ਬਿਮਾਰ ਰਹਿ ਕੇ ਸਰਦਾਰਨੀ ਗੁਜ਼ਰੀ ਮੈਨੂੰ ਸਮ ਭੁੱਲਦਾ ਨਹੀਂ ਦਿਮਾਗ ਫੇਲ ਹੋ ਗਿਆ ਸੀ ਪਹਿਲੇ ਮੈਂ ਇੱਥੇ ਮੈਂਟਲ ਹੋਸਪਿਟਲ ਅੰਮ੍ਰਿਤਸਰ ਗਿਆ ਉਹਨਾਂ ਕਹਿੰਦੀ ਪਹਿਲਾਂ ਤਾਂ ਕਹਿੰਦੇ ਕਿਰਪਾਨ ਲਾ ਦਿਓ ਬਾਹਰ ਮੈਂ ਕਿਉਂ ਇਹ ਪਾਗਲ ਨਹੀਂ ਤੁਹਾਡਾ ਖੋ ਕੇ ਕੋਈ ਤੁਹਾਨੂੰ ਮਾਰ ਦਿਓ ਫਿਰ ਮੈਂ ਕਮੀਜ਼ ਦੇ ਅੰਦਰ ਕਰ ਲਿਆ ਬਿਜਲੀ ਲਾਉਣੀ ਪਏਗੀ ਉਹਨੇ ਕਮੀ ਕਿੰਨੀ ਰਕਮ ਜਮ੍ਹਾਂ ਕਰਾ ਤੀ ਮੈਂ ਸਾਹਮਣੇ ਕਮਰਾ ਵੀ ਲੈ ਲਿਆ ਮੈਨੂੰ ਕੀ ਪਤਾ ਕਿ ਬਿਜਲੀ ਦੀ ਤਕਲੀਫ ਕਿੰਨੀ ਹੁੰਦੀ ਇਹ ਕੋਈ 6 ਫੁੱਟਾ ਜਵਾਨ ਗੱਭਰੂ ਉਹਨੂੰ 5-6 ਨੌਕਰ ਚਪੜਾਸੀਆਂ ਨੇ ਫੜਿਆ ਜਿਹੜੇ ਕੰਮ ਕਰਦੇ ਸੀ ਡੰਡਿਆਂ ਨਾਲ ਕੁੱਟ ਕੁੱਟ ਕੇ ਤਰ੍ਹਾਂ ਮਾਰ ਕੇ ਪਲ ਦਿੰਦੇ ਆ ਉਹਨੇ ਉਹਦੇ ਉੱਤੇ ਛੋੜ ਦਿੱਤਾ ਐਂ ਮਾਰਦੇ ਨੇ ਬਿਜਲੀ ਕਰਨ 1 ਘੰਟਾ ਤੜਫਦਾ ਰਿਹਾ ਅਜੇ ਬਿਜਲੀ ਨਹੀਂ ਲਾਉਣ ਇਹ ਹਾਲਤ ਹੈ ਇਹਨਾਂ ਦੀ ਬਿਜਲੀ ਕਿਉਂ ਲਾਉਣ ਜਦੋਂ ਪੈਸੇ ਵਾਪਸ ਨਹੀਂ ਹੋਣ ਮੈਨੂੰ ਕੋਈ ਚਿੰਤਾ ਨਹੀਂ ਸੋਚਣ ਵਾਲਾ ਗਿਆ ਇੱਥੇ ਜਿਹੜਾ ਅਮਰੀਕਨ ਹਸਪਤਾਲ ਉੱਥੇ ਗਿਆ ਉਹਨਾਂ ਦੀ ਉਹ ਸਵਾਲ ਸੁਲ ਪੁੱਛੋ ਉਹਦੀ ਮੇਰੇ ਤਸੱਲੀ ਕੋਈ ਇੱਥੇ ਦਾਖਲ ਕਰਾ ਦਿਓ ਮੈਂ ਦਾਖਲ ਨਹੀਂ ਕਰਾਉਂਦਾ ਪਟਿਆਲੇ ਇੱਕ ਸਰਦਾਰ ਦਾ ਪ੍ਰਾਈਵੇਟ ਹਸਪਤਾਲ ਸੀ ਪਤਾ ਨਹੀਂ ਹੁਣ ਵੀ ਹੋਵੇ ਕਿ ਨਾ ਹੋਵੇ ਉੱਥੇ ਤੋਂ 3 ਵਾਰ ਗਿਆ ਉਹ ਕਹਿੰਦੇ ਗਿਆਨੀ ਜੀ ਤੁਹਾਡੇ ਨਾਂ ਕਰਕੇ ਤੁਹਾਨੂੰ ਦੱਸਦਾ ਦਵਾਈ ਕਰ ਰਹੇ ਹਾਂ ਦਵਾਈ ਕਰਦੇ ਹਾਂ ਇਹਨਾਂ ਨੂੰ ਬਿਜਲੀ ਨਾ ਲਵਾਇਆ ਕਿ ਬਿਜਲੀ ਲਵਾਈ ਨਹੀਂ ਥਾਂ ਬਹੁਤ ਹੋ ਜਾਏ ਮੈਂ ਕਿਹਾ ਮਾਰਨ ਵਾਸਤੇ ਤਾਂ ਨਹੀਂ ਮੇਰਾ ਫਰਜ਼ ਹੈ ਇੰਨਾ ਚਿਰ ਹੋ ਸਕਦਾ ਹੈ ਮੈਂ ਖੜੇ ਆ ਮੇਰੇ ਹੱਥ ਰੀਂ ਰੀਂ ਕਰ ਰਹੇ ਨੇ ਕਿਸ ਤਰ੍ਹਾਂ ਕੋਹਾਂ ਦਾ ਰੀਂ ਰੀਂ ਕਰ ਰਹੇ ਜਿਸ ਤਰ੍ਹਾਂ ਉਹ ਕਹਿੰਦਾ ਮੈਨੂੰ ਜਾਂਦੇ ਤੂੰ ਕਿ ਨਹੀਂ ਜਾਂਦੇ ਕਿਸੇ ਆਖਰੀ ਵਾਰ ਮੂੰਹੋਂ ਨਿਕਲਿਆ
ਉਦੋਂ ਨਾ ਥੱਲੇ ਡਿੱਗ ਪਿਆ। ਮੈਂ ਸਮਝਣਾ ਕਿ ਉਦੋਂ ਉਹ ਕਹਿ ਰਹੇ ਸੀ ਮੈਨੂੰ ਲਈ ਜਾਂਦੇ ਹੀ ਜਾਊ, ਮੈਨੂੰ ਛੁਡਾ ਲਾ ਕੇ। ਅਤੇ ਕੋਈ ਬੀਬੀ ਸਿਆਣੀ ਬੈਠੀ ਸੀ, ਉਹਨਾਂ ਨੂੰ ਉਹਦੀਆਂ ਅੱਖਾਂ ਬੰਦ ਕਰ ਦਿੱਤੀਆਂ, ਮੂੰਹ ਬੰਦ ਕਰ ਦਿੱਤਾ। ਉਹ ਵਕਤ ਮੈਨੂੰ ਅਜੇ ਨਹੀਂ ਭੁੱਲਦਾ। ਗੁਰੂ ਦਾ ਸ਼ੇਰ ਹੈ, ਪਾਠ ਲਏ ਕੋਈ ਕਿਸੇ ਕਾ ਦਰਦ ਕੇ ਮੁਮਕਿਨ ਨਹੀਂ, ਬਾਹਰੇ ਕੰਮ ਦੁਨੀਆਂ ਮੈਂ ਉਠਵਾ ਤੇਰੀ ਮਜ਼ਦੂਰ ਸੀ। ਸਾਡੇ ਕੋਲ ਕੋਈ ਭਾਰੀ ਚੀਜ਼ ਹੋਵੇਗੀ ਮਜ਼ਦੂਰ ਨੂੰ ਉਠਾ ਲਵਾਂਗੇ। ਗਮਾਂ ਦਾ ਭਾਰ ਆਪ ਹੀ ਸਹਿਣਾ ਪੈਂਦਾ, ਉਹ ਕਿਸੇ ਨੂੰ ਨਹੀਂ ਚੜਾਇਆ। ਕੋਈ ਇੱਕ ਦਿਨ ਮੇਰਾ ਮਨ ਸ਼ਾਂਤ ਹੈ ਕਿ ਉਹ ਸੇਵਾ ਕਿਉਂ ਨਹੀਂ, ਇਲਾਜ ਕਿਉਂ ਨਹੀਂ ਮਰੀ। ਸਾਡੇ ਗਰੀਬਾਂ ਨੂੰ ਵਿੱਚ ਕਈ ਤਾਂ ਇਲਾਜ ਕਿਉਂ ਮਰ ਜਾਂਦੇ ਨੇ, ਜਿਸ ਦਿਨ ਗੁਜਰੀ ਉਹ ਭੁੱਲਦੀ ਵੀ ਨਹੀਂ। ਉਸ ਮੁਲਕ ਵਿੱਚ ਇਹ ਥਾਂ ਛੱਡਣ ਨੂੰ ਜੀ ਨਹੀਂ ਕਰਦਾ। ਤਿੰਨਾਂ ਕੁ ਮਹੀਨਾ ਤੋਂ ਮੈਂ ਬਿਮਾਰ ਆ, ਨਹੀਂ ਤਾਂ ਸਾਡੀ ਜੱਥੇ ਨਾਲ ਚਲੇ ਜਾਂਦੇ ਸਨ। ਜਦ ਮੈਂ ਸ਼ੁਰੂ ਕੀਤਾ ਉਦੋਂ ਪੈਸੇ ਦੀ ਕੀਮਤ ਬੜੀ ਸੀ, ਪੈਸੇ ਕਰਨ ਦਾ ਰਿਵਾਜ਼ ਨਹੀਂ ਸੀ। ਅਸੀਂ ਮਾਲਵੇ ਦੇ ਇੱਕ ਪਿੰਡ ਪਹਿਲਾਂ ਗਏ, ਉਹ ਆਏ ਵੀ ਪੈਸੇ ਕਰੋ ਪੈਸੇ ਕਰੋ, ਅਤੇ ਪੈਸੇ ਕਾਹਦੇ ਕਰਨ। ਉੱਥੇ ਗਿਆ, ਸਾਡਾ ਕਿਰਾਇਆ ਵੀ ਪੂਰਾ ਨਾ ਹੋਇਆ। ਇੱਕ ਮੇਰਾ ਸੁਭਾਅ ਪਹਿਲਾਂ ਤੋਂ ਸ਼ੁਰੂ, ਮੈਂ ਚੌਹਾਂ ਸਾਥੀਆਂ ਦਾ ਆਉਣ ਜਾਣ ਦਾ ਕਿਰਾਇਆ ਲੈ ਕੇ ਨਾਲ ਜਾਣਾ। ਜੇ ਪ੍ਰਬੰਧਕਾਂ ਦੀ ਕੋਈ ਸ਼ਰਤ ਮੈਨੂੰ ਪ੍ਰਵਾਨ ਹੋਈ ਤਾਂ ਮੈਂ ਤਾਂ ਮੁੜ ਆਉਣਾ। ਖੈਰ ਦੇਖਿਆ, ਅਸੀਂ ਤਾਂ ਕੀਤਾ ਕੋਈ ਨਹੀਂ ਸੀ, ਆ ਗਏ। ਇੱਕ ਦੋ ਆਦਮੀ ਆਏ, ਮੈਂ ਕਿਹਾ ਉਸ ਇਲਾਕੇ 'ਚ ਨਹੀਂ ਜਾਣਾ। ਇੱਕ ਕੋਈ ਕਾਫ਼ੀ ਅਮੀਰ ਆਦਮੀ ਸੀ ਆਇਆ, ਮੈਂ ਬਾਹਰ ਗਿਆ। ਸੰਸਾਰ ਜਾਇਦਾਦ ਤੋਂ ਬਿਨਾਂ ਆਦਮੀ ਦੀ ਇੱਜ਼ਤ ਵੀ ਕੋਈ ਨਹੀਂ, ਭਾਵੇਂ ਕੁਛ ਨਹੀਂ ਆਪਣਾ ਮਾਰ। ਗੁਰਦੁਆਰਾ ਆਇਆ, ਮੈਂ ਗੁਰਦੁਆਰੇ ਗ੍ਰੰਥੀ ਨੂੰ ਮਿਲਣਾ। ਮੈਂ ਗ੍ਰੰਥੀ ਹੈ, ਸੋਹਣ ਸਿੰਘ ਗ੍ਰੰਥੀ, ਉਹਦਾ ਨਾਮ ਸੋਹਣ ਸਿੰਘ, ਮੇਰੇ ਨਾਲ ਸੋਹਣ ਸਿੰਘ ਨਹੀਂ, ਕਿਹੜੇ ਢਾਡੀ ਹੈ। ਮੈਂ ਤਾਂ ਗ੍ਰੰਥੀ ਨਹੀਂ, ਤਾਂ ਜ਼ਿੰਮੇਦਾਰ, ਚਲੋ ਤੁਹਾਨੂੰ ਵੀ ਕਰਨਾ ਚਾਹੁੰਦੇ। ਹੁਣ 50 ਏਕੜ ਬੂਹੇ ਦੇ ਨਾਲ ਇੱਕ ਪਾਸੇ ਸੀ, ਪਰ ਛੋਟੇ ਬੱਚੇ ਉਹਨੂੰ 3 ਦਿਨ ਰਹਿਣਾ ਪਿਆ। ਉਹ ਵਿਖਾਉਣ ਇੱਥੋਂ ਲੈ ਕੇ ਉੱਥੋਂ 50 ਏਕੜ ਵੀ ਕਿਤੇ ਜਾ ਨਿਬੜਦੀ ਹੈ, ਇੰਨੀ ਸਾਡੀ ਅਗਲੇ ਖੇਤ। ਉਹਨੂੰ 3 ਦਿਨ ਰਹਿਣਾ ਪਿਆ, ਥੋੜ੍ਹਾ ਜਿਹਾ ਦਿਨ ਸਿਖਲੋਤਾ ਸੀ। ਮੈਂ ਆਇਆ ਫਤਿਹ ਬੁਲਾ ਜਾਂਦਾ, ਮੈਂ ਉਸ ਇਲਾਕੇ 'ਚੋਂ ਆਇਆ ਜਿੱਥੇ ਤੂੰ ਆ ਕੇ ਨਹੀਂ ਜਾਣਾ, ਤਾਂ ਮੈਂ ਲੈ ਕੇ ਜਾਣਾ। ਮੈਂ ਕਿਹਾ ਜੀ ਪਹਿਲਾਂ ਤੁਸੀਂ ਜਲ ਪਾਣੀ ਤਾਂ ਛਕ ਲਓ, ਅਰੇ ਮੈਂ ਤਾਂ 3ਜੇ ਦਿਨ ਦਾ ਛਕਦਾ, ਤੁਸੀਂ ਛਕ ਲਵੋ। ਫਿਰ ਅਗਲੇ ਦਿਨ ਸਵੇਰੇ ਉੱਠਿਆ, 200 ਰੁਪਇਆ ਰੱਖਿਆ, ਇਹ ਕਿਰਾਏ ਵਾਸਤੇ ਆ, 2 ਪ੍ਰੋਗਰਾਮ ਨੇ ਇੰਨੇ ਪੈਸੇ ਦੇਣਗੇ। ਇਹ ਨਹੀਂ ਯਾਦ ਕਿੰਨੇ ਉਦੋਂ ਪੈਸੇ ਦੀ ਕੀਮਤ ਸੀ, ਕਾਫ਼ੀ ਪੈਸੇ ਸਨ। ਐਸੇ ਵੇਲੇ ਤਾਂ ਸੋਚਿਆ ਪੜ ਪੈਣਾ, ਜਿਸ ਵੇਲੇ ਅਸੀਂ ਗਏ ਹਾਂ ਅਤੇ ਅੱਧਿਓਂ ਬਹੁਤਾ ਪਿੰਡ ਇਕੱਠਾ ਹੋਇਆ। ਉਹ ਬਾਈ, ਉਹ ਕਹਿੰਦਾ ਸਰਦਾਰ ਹੈ ਜਿਹੜਾ ਇੰਨੇ ਪੈਸੇ ਲੈਣੇ ਕਰਕੇ ਆਇਆ। ਪ੍ਰਕਾਸ਼ ਵਾਸਤੇ ਛੋਟਾ ਜਿਹਾ ਥਾਂ ਪੱਕਾ ਹੈਗਾ, ਬਾਕੀ ਇੱਕ ਲੰਬਾ ਸਾਰਾ 2-3 ਬੂਹੇ ਆਤਾ ਜਿਹਾ ਸੋਫੇ ਵਾਂਗ ਛੱਤਿਆ ਹੋਇਆ ਪੁਰਾਣੀ ਦਿਸ਼ੀ ਵਿੱਚ। ਇਹਨਾਂ ਦੇ ਬਿਸਤਰੇ ਇਸ ਪਾਸੇ ਕਰ ਦਿਓ, ਕਹਿੰਦਾ ਨਹੀਂ ਮੇਰੇ ਘਰ ਰਹਿਣ। ਅੱਛਾ, ਇਹਨਾਂ ਵਾਸਤੇ ਚਾਹ ਭੇਜੀਏ ਕੀ ਭੇਜੀਏ, ਕਹਿੰਦਾ ਨਹੀਂ ਸਭ ਕੁਝ ਉੱਥੇ ਹੋਵੇ। ਖੈਰ ਉਹਨੇ ਸੇਵਾ ਫਿਰ ਜਿਵੇਂ ਕੀਤੀ, ਪ੍ਰਚਾਰ ਵੀ ਉਹਨਾਂ ਸੁਣਿਆ, ਅਸਰ ਹੋਇਆ, ਚੰਗਾ ਹੋਇਆ। ਸੋ ਮੈਂ ਸੋਚ ਰਿਹਾ ਸਾਂ ਕਿ ਮੇਰੇ ਮੇਰੇ ਪ੍ਰਚਾਰ ਦਾ ਅਸਰ ਨਹੀਂ, ਮੇਰੀ ਉਸ ਜਾਇਦਾਦ ਦਾ ਵੀ ਅਸਰ ਹੈ। ਮਸ਼ੀਨਾਂ ਜੀ ਪੁੱਛਣਾ ਸੀਗਾ ਕਿ ਜੋ ਹੁਣ ਤੱਕ ਤੁਸੀਂ ਲਿਖਿਆ ਉਹਦੇ ਬਾਰੇ ਤੁਹਾਨੂੰ ਸੰਤੁਸ਼ਟੀ ਹੈ, ਤਸੱਲੀ? ਬਿਲਕੁਲ ਤਸੱਲੀ ਹੈ, ਜੋ ਕੁਛ ਮੈਂ ਠੀਕ ਸਮਝਿਆ ਲਿਖਿਆ, ਕਿਹਦੀ ਖੁਸ਼ਾਮਦ ਨਹੀਂ ਮੰਨੀ। ਕੁਛ ਇੱਦਾਂ ਦਾ ਵੀ ਲੱਗਦਾ ਕਿ ਜਿਵੇਂ ਲਿਖਣੋਂ ਰਹਿ ਗਿਆ ਹੋਵੇ, ਕੁਛ ਸੋਚਿਆ ਹੋਵੇ? ਜਿੱਦਣ ਵੀ ਉਹ ਗੁਜ਼ਰ ਗਈ ਹੈ, 5 ਸਾਲ ਹੋ ਰਹੀ ਹੈ ਬਿਮਾਰ, ਮੈਂ ਕੁਝ ਨਹੀਂ ਲਿਖ ਸਕਿਆ। ਉਸ ਤੋਂ ਪਿੱਛੇ ਲਿਖਣਾ ਮੈਨੂੰ ਭੁੱਲਦੀ ਨਹੀਂ। ਤੁਹਾਡੀ ਯੋਜਨਾ ਸੀਗੀ ਵੱਡਾ ਇੱਕ ਨਾਵਲ
ਮਹਾਕਾਵ ਪੱਧਰ ਦਾ ਲਿਖਣ ਜਿਹੜਾ ਸਿੰਘ ਬੁੱਕੇ ਦੇ ਦਿਲ ਤੁਸੀਂ ਸਾਰੇ ਦਾ ਸਾਰਾ ਹਾਂ ਉਹਦੇ ਵਿੱਚ ਮੇਰਾ ਨਿਸ਼ਾਨਾ ਸੀ ਉਹਦਾ ਇੱਕ ਕਾਂਡ ਲਿਖਿਆ ਸੀ ਜਦ ਚ ਰਹਿ ਗਿਆ ਵੀ ਮਹਾਰਾਜ ਰਣਜੀਤ ਸਿੰਘ ਤੱਕ ਜਾਣਾ ਹੈ ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਜਾਂ ਬੰਦਾ ਸਿੰਘ ਤੋਂ ਲੈ ਕੇ ਪਹਿਲਾਂ ਜਿਹੜਾ ਉਸ ਵੇਲੇ ਫਾਰਸੀ ਜ਼ੁਬਾਨ ਸੀ ਜਿਹੜਾ ਫਾਰਸੀ ਨਹੀਂ ਸੀ ਜਾਣਦਾ ਉਹਨੇ ਕਈ ਸਮੇਂ ਗਲਤੀਆਂ ਵੀ ਕੀਤੀਆਂ ਹਜ਼ੂਰ ਦੇ ਚਰਨਾਂ 'ਤੇ ਡੱਠਾ ਹਜ਼ੂਰ ਦਾ ਬੰਦਾ ਹਾਂ ਮਹਾਰਾਜ ਨੇ ਉਹਦੇ ਨਾਲ ਬੰਦਾ ਸਿੰਘ ਰੱਖਿਆ ਕਹਿਣ ਕਿ ਉਹਨੇ ਅੰਮ੍ਰਿਤ ਨਹੀਂ ਛਕਿਆ ਫਾਰਸੀ 'ਚ ਲਿਖਿਆ ਬੰਦਾ ਦਾ ਪਾਉਲ ਦਾ ਉਹਦਾ ਸਿੰਘ ਕਰ ਅਜਮੇਰ ਖਾਨ ਇੱਕ ਮੁਸਲਮਾਨ ਗੁਰੂ ਮਹਾਰਾਜ ਤੋਂ ਉਰ ਸਕਦਾ ਪਹਿਲਾ ਨਾਂ ਨਹੀਂ ਬਦਲਿਆ ਉਹਦਾ ਨਾਂ ਅਜਮੇਰ ਸਿੰਘ ਰੱਖਿਆ ਪੰਜਾਂ ਪਿਆਰਿਆਂ ਦੇ ਪਹਿਲੇ ਰਾਜ ਨਾਂ ਤਾਂ ਨਹੀਂ ਬਦਲੇ ਭਗਤ ਸਿੰਘ ਲਾ ਦਿੱਤਾ ਏਕਤਾ ਕਰ ਦਿੱਤੀ ਗੁਰਬਾਣੀ ਦਾ ਪਹਿਲਾ ਜਿਹੜਾ ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ ਉੱਥੇ ਪੰਜਵੇਂ ਪਾਤਸ਼ਾਹ ਜੀ ਨੇ ਅਤੇ ਭੇਜਿਆ ਮੈਨੂੰ ਗੱਲ ਕਰਦੇ ਨਾਂ ਭੁੱਲ ਜਾਂਦਾ ਹੈ ਲੋਕ ਆ ਜਾਏਗਾ ਵੀ ਲਾਹੌਰੋਂ ਕਰਵਾ ਲਿਆ ਜਿਲਦ ਇੱਕ ਰਾਤ ਤੋਂ ਵੱਧ ਉੱਥੇ ਨਹੀਂ ਰਹਿਣਾ ਉਹ ਪੰਜ ਚਾਰ ਮੀਲ 'ਤੇ ਜਾ ਕੇ ਖਲੋ ਜਾਵੇ ਉਹਨੇ ਅੱਧੇ ਸ਼ਬਦ ਵਿੱਚ ਚੋਟ ਪਾ ਦਿੱਤੀ ਮਹਾਰਾਜ ਨੇ ਫੇਰ ਸੋਚ ਕੇ ਕੀਤਾ ਹੈ ਪਾਣੀ ਵੀ ਪੰਡਿਤ ਹੋਇਆ ਕਸ਼ਮੀਰ ਦਾ ਉਹਨੇ ਵਿਆਕਰਨ ਜਾਂ ਗ੍ਰਾਮਰ ਜੀ ਨੂੰ ਕਹਿੰਦੇ ਹਾਂ 40-45 ਸਫ਼ੇ ਲਿਖੀ ਹੈ ਹਾਂ ਮਤਲਬ ਉਹ ਮੈਂ ਉੱਪਰ ਸੰਸਕ੍ਰਿਤ ਹੇਠਾਂ ਹਿੰਦੀ ਪੜ੍ਹਦਾ ਸਾਂ ਗੁਰੂ ਗ੍ਰੰਥ ਸਾਹਿਬ ਵਿੱਚ ਲਗਾ ਮਾਤਰਾ ਅਨੁਸਾਰ ਜਿਹੜਾ ਆਰੰਭ ਕੀਤਾ ਇਹ ਗੁਰੂ ਅਰਜਨ ਦੇਵ ਜੀ ਕਾਰਡ ਮਤਲਬ ਗੁਰਮੁਖ ਸ਼ਬਦ ਖੱਖਾ ਮੁਕਤਾ ਵੀ ਹੈ ਖੱਖੇ ਨੂੰ ਔਂਕੜ ਵੀ ਹੈ ਖੱਖੇ ਨੂੰ ਸਿਆਹੀ ਵੀ ਇਹਨਾਂ ਦੇ ਅਰਥ ਵੱਖਰੇ ਵੱਖਰੇ ਕਿੰਨਾ ਕਰੇ ਇਹ ਨਾ ਜਾਂ ਗਿਆਨ ਨਾ ਹੋਵੇ ਗੁਰਬਾਣੀ ਦਾ ਅਰਥ ਕੀ ਹੁੰਦੀ ਸੀਤਲ ਸਾਹਿਬ ਤੁਸੀਂ ਬਹੁਤ ਵੱਡੇ ਨਾਵਲਕਾਰ ਜੀ ਨੇ ਔਰ ਪੰਜਾਬ ਦੀ ਢਾਡੀਆਂ ਵਿੱਚ ਵੀ ਤੁਹਾਡਾ ਬਹੁਤ ਉੱਚਾ ਵਿਲੱਖਣ ਸਥਾਨ ਹੈ ਇਹਨਾਂ ਦੇ ਲੋਕ ਨਹੀਂ ਸਕਦੇ ਔਰ ਮੈਂ ਚਾਹੁੰਦਾ ਸੀ ਜਦੋਂ ਤੁਸੀਂ ਗੱਲਬਾਤ ਕਰ ਰਹੇ ਸੀ ਕੋਈ ਤਾਂ ਤੁਸੀਂ ਆਪਣੀ ਜਿਹੜੀ ਤੁਹਾਡੀ ਬਹੁਤ ਹੀ ਪਿਆਰੀ ਰਚਨਾ ਹੋਵੇ ਸੰਖੇਪ ਵਿੱਚ ਤੁਸੀਂ ਸਾਡੇ ਨਾਲ ਉਹ ਸਾਂਝੀ ਕਰਦੇ ਅਤੇ ਭਾਵੇਂ ਬੱਚਿਆਂ ਦੀ ਤਰ੍ਹਾਂ ਬੱਚੇ ਜਿਸ ਤਰ੍ਹਾਂ ਮਾਂ ਬਾਪ ਨੂੰ ਸਾਰੇ ਪਿਆਰੇ ਹੁੰਦੇ ਨੇ ਤੁਹਾਡੀ ਸ਼ਾਹਕਾਰ ਰਚਨਾ ਜਿਹੜੀ ਹੈ ਨਾਵਲਾਂ ਦੇ ਵਿੱਚੋਂ ਉਹ ਤੁਸੀਂ ਕਿਸ ਨੂੰ ਸਮਝਦੇ ਹੋ ਔਰ ਕਿਉਂ ਸਮਝਦੇ ਹੋ ਅਤੇ ਇਹ ਕਿਹੜਾ ਹੁਣ ਸੰਧੂ ਸਾਹਿਬ ਗੱਲ ਕਰ ਰਹੇ ਸੀ ਛੋਟੀ ਜਿਹੀ ਹੋਰ ਗੱਲ ਹੈ ਜਿਸ ਤਰ੍ਹਾਂ ਅਸੀਂ ਸਾਰਿਆਂ ਨੇ ਦੇਖਿਆ ਵੀ ਤੁਸੀਂ ਦੱਸ ਰਹੇ ਹੋ ਤੁਹਾਡੇ ਜੀਵਨ ਦੇ ਵਿੱਚ ਤੁਹਾਡੀ ਜੀਵਨ ਸਾਥਣ ਨਾਲ ਅਥਾਹ ਪ੍ਰੇਮ ਸੀ ਅਦਰਸ਼ਿਕ ਤੁਹਾਡਾ ਜੁੜਾ ਸੀ ਉਹ ਚਲੇ ਗਏ ਨੇ ਤੁਸੀਂ ਉਸ ਤੋਂ ਬਾਅਦ ਕੁਛ ਨਹੀਂ ਦੇਖ ਸਕੇ ਉਹਨਾਂ ਦੀ ਯਾਦ ਵਿੱਚ ਉਹਨਾਂ ਨੂੰ ਅਮਰ ਕਰਨ ਦੇ ਲਈ ਅੱਜ ਕੱਲ੍ਹ ਦੇ ਵੈਸੇ ਵੀ ਸਾਡੇ ਸਮਾਜ ਵਿੱਚ ਐਸੀ ਲੋੜ ਆ ਵੀ ਤੁਸੀਂ ਨਾਵਲਕਾਰ ਵੀ ਹੋ ਕੋਈ ਐਸੀ ਰਚਨਾ ਕਰੋ ਜਿਹਦੇ ਵਿੱਚ ਉਹਨਾਂ ਦਾ ਪੂਰਾ ਜਿਹੜਾ ਬਿੰਬ ਹੈ ਉਹ ਮੂਰਤੀਮਾਨ ਹੋ ਜਾਵੇ ਔਰ ਉਹ ਲੋਕਾਂ ਦੇ ਲਈ ਵੀ ਇੱਕ ਜਿਹੜਾ ਹੈਗਾ ਸਮਾਜ ਦੇ ਇੱਥੇ ਇੰਗਲੈਂਡ ਵਿੱਚ ਯਾਨੀ ਕਿ ਮੇਰੇ ਦਿਮਾਗ 'ਚ ਕਿੰਨਾ ਅਸਰ ਪਿਆ ਬਰਮਿੰਗਮ ਦੂਸਰਾ ਵੱਡਾ ਸ਼ਹਿਰ ਹੈ ਲੰਡਨ ਤੋਂ ਬਾਅਦ ਮੈਂ ਤਾਂ ਵੇਖ ਰਿਹਾ ਜਿਹਨੂੰ ਵੈਸਟ ਐਂਡ ਕਹਿੰਦੇ ਨੇ ਲੰਡਨ ਦਾ ਉੱਥੇ ਜਿਹੜੇ ਖਾਨਦਾਨੀ ਲਾੜ ਰਹੇ ਉਹ ਹੀ ਰਹਿੰਦੇ ਨੇ ਆਮ ਸੁਧਾਰਦੇ ਨੂੰ ਜਾਈਏ ਸਾਊਥ ਹਾਲ ਆਉਂਦਾ ਸਾਊਥ ਹਾਲ ਸ਼ਬਦ ਨਹੀਂ ਸਾਊਥ ਹਾਲ ਹੈ ਉਹਨੂੰ ਛੋਟਾ ਪੰਜਾਬ ਕਹਿੰਦੇ ਨੇ ਲੰਡਨ ਵਿੱਚ 2-3 ਗੁਰਦੁਆਰੇ ਹੋਰ ਵੀ ਹਨ ਉਹ ਸਾਰੇ ਫਿਰਕੇ ਦੇਖੇ ਨੇ ਬਰਮਿੰਗਮ ਦੂਸਰਾ ਵੱਡਾ ਸ਼ਹਿਰ ਹੈ ਲੰਡਨ ਤੋਂ ਬਾਅਦ ਕੋਈ ਸਮੈਦਿਕ ਕਮਹੱਲਾ ਹੈ ਤਾਂ ਉੱਥੇ ਪੰਜਾਬੀ ਖਾਸ ਕਰਕੇ ਸਿੱਖ ਬਹੁਤੇ ਨੇ ਉੱਥੇ ਮੈਂ 7 ਲੈਕਚਰ ਦਿੱਤੇ ਮੈਂ ਪਰੇਸ਼ਾਨ ਹਾਂ ਕਿ ਜਿਹੜੇ ਉਹ ਸਾਹਮਣੇ ਰਿਕਾਰਡ ਕਰ ਰਹੇ ਸਨ ਜੇ ਉਹ ਮੈਂ ਲੈ ਲੈਂਦੇ ਨੇ ਉਦੋਂ ਕਾਪੀਆਂ ਉਹ ਇੱਕ ਇਹੋ ਜਿਹਾ ਮਸਾਲਾ ਸੀ ਜਿਹੜਾ ਅੱਜ ਖਤਮ ਹੋ ਗਿਆ ਅੱਛਾ 6 ਲੈਕਚਰ ਹੋ ਗਏ ਅਤੇ ਉੱਥੋਂ ਦਾ ਕੇਵਲ ਸਿੰਘ ਟਰੱਸਟੀ ਅਤੇ ਕੇਸਧਾਰੀ ਕੋਈ ਨਹੀਂ ਸੀ ਉਹਦੇ ਕਾਰਨ ਜੋ ਕੁਛ ਕਾਰਖਾਨੇ ਅਜੇ ਹੈ ਉੱਥੇ ਕੰਮ ਕਰਦੇ ਸੀ ਇੱਕ ਦੇ ਕੇਸ ਆ ਗਏ ਵਿੱਚ ਖੋਪਰੀ ਲੈ ਗਈ ਸੋ ਉੱਥੇ ਕੰਮ ਕਰਨ ਵਾਲਾ ਕੇਸਧਾਰੀ ਵਾਲਾ ਹੋ ਹੀ ਨਹੀਂ ਸਕਦਾ ਜਿਹੜੇ ਕੱਪੜੇ ਵੀ ਪਾਉਂਦਾ ਬਿਲਕੁਲ ਪਿੰਡੇ ਦੇ ਨਾਲ ਲੱਗੇ ਹੁੰਦੇ ਨੇ ਉਲਝਿਆ
ਉੱਥੇ 6 ਲੈਕਚਰ ਹੋ ਗਏ ਅਤੇ 7ਵੇਂ ਦਿਨ ਆਇਆ। ਕਹਿੰਦਾ ਜਿਹੜਾ ਵਿਦਵਾਨ ਆਏਗਾ 100 ਸਾਲ ਤੋਂ ਬਾਅਦ ਇੱਥੇ ਜ਼ਰੂਰ ਆਏਗਾ। ਤੀਜੇ ਦਿਨ ਪਹਿਲੀਆਂ ਦਲੀਲਾਂ ਫਿਰ ਦੇਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੁਹਾਨੂੰ 6 ਲੈਕਚਰ ਦਿੱਤੇ ਨੇ, ਜਿਹੜੇ ਇੱਕ ਦਿਨ ਤੁਹਾਨੂੰ ਦਲੀਲ ਦਿੱਤੀ, ਅਗਲੇ ਦਿਨ ਕੋਈ ਨਹੀਂ ਕੀਤੀ, ਅੱਜ 7ਵਾਂ ਲੈਕਚਰ। ਮੈਂ ਸੋਚਦਾ ਕਿ ਉਦੋਂ ਮੈਂ ਉਹ ਲੈ ਲੈਂਦਾ ਅਤੇ ਇਤਿਹਾਸਕ ਅਜਿਹਾ ਮਸਾਲਾ ਸੀ, ਇਹਦਾ ਕੋਈ ਹਿਸਾਬ ਨਹੀਂ। ਇੱਕ ਤਾਂ ਹੋਰ 6 ਲੈਕਚਰ ਦਿੱਤੇ ਰੱਬ ਬੰਦੇ ਨੂੰ, 6 ਲੈਕਚਰ ਤੁਰਨ ਲੱਗਿਆ। ਉਹਨਾਂ ਨੇ ਮੈਨੂੰ ਇੱਕ ਕਾਪੀ ਦਿੱਤੀ, ਉਹ ਜਿੰਨਾ ਚੁੱਕ ਮੇਰੇ ਨੂਰ ਬੰਦੇ 1.5 ਘੰਟੇ ਦਾ। ਤਾਂ ਮੈਨੂੰ ਕੀ ਪਤਾ ਸਾਹਮਣੇ ਰਿਕਾਰਡ ਹੋ ਰਿਹਾ, ਜਿਹੜੇ ਵੇਲੇ ਉਹਨਾਂ ਬਦਲੀ ਆ, ਅੱਧਾ ਫਿਕਰਾ ਕੱਟੇ ਆ ਗਏ। ਫਿਰ ਉਹ ਲਿਖਦਿਆਂ ਵਿੱਚੋਂ ਪਾਣੀ ਲੈ ਕੇ ਆਏ ਪੀਣ ਨੂੰ, ਅਤੇ ਮੈਂ ਨਾ ਇਹ ਬਹੁਤ ਠੰਡਾ ਥੋੜ੍ਹਾ ਜਿਹਾ ਕੋਸਾ ਲਿਆ, ਮੈਂ ਸੋਨਾ ਆਖੇਗਾ ਹੁਣ ਪਾਣੀ ਪੀਣ ਲੱਗਾ। ਉਹ ਹੀ ਇੱਕ ਮਿਲੀ ਚੀਜ਼ ਜੋ ਉਹ ਵੀ ਸੱਚ ਮਿਲ ਜਾਂਦੀਆਂ, ਸੋ ਯਾਦ ਸ਼ਕਤੀ ਵੀ ਪਿੱਛਾ ਛੱਡ ਜਾਂਦੀ ਹੈ। ਅੱਛਾ, ਜਿਹੜੀ ਉਹਨਾਂ ਨੇ ਗੱਲ ਕਹੀ ਹੈ, ਤੁਸੀਂ ਇੱਕ ਤੇ ਨਾਵਲ ਦੀ ਗੱਲ ਬਾਅਦ 'ਚ ਕਹਿੰਦੇ, ਚਲੋ ਮੈਨੂੰ ਮੈਨੂੰ ਯਾਦ ਆ ਰਹੀਆਂ ਨੇ ਕੁਛ, ਤੁਸੀਂ ਉਹਨਾਂ ਦੀ ਜੇ ਤੁਹਾਨੂੰ 17 ਯਾਦ ਹੋਣ, ਇੱਕ ਤੇ ਜੇ ਤੁਹਾਨੂੰ ਇਹ 17 ਸਾਰੀ ਜੇ ਉਹਦੀ ਤੁਹਾਨੂੰ ਉਸ ਤਾਂ ਯਾਦ ਹੈਗੀ ਕਿ ਇਸ ਬਹੁਤ ਜ਼ਬਾਨੀ ਭੁੱਲੀ ਦੁਨੀਆ ਸਾਰੀ ਯਾਦ ਨਹੀਂ ਮੈਨੂੰ, ਸਭ ਯੁੱਗ ਆਉਂਦਾ ਸੀ ਜਿਹਦਾ ਵਿੱਚ ਹੁਣ ਯਾਦ ਨਹੀਂ, ਮਤਲਬ ਇਹ ਖੁੱਲੀ ਦੁਨੀਆ ਮੈਂ ਕਲਯੁਗ ਕਲਯੁਗ ਕੋਕਦੀ, ਮੈਨੂੰ ਸਭ ਯੁੱਗ ਆਉਂਦਾ ਸੀ ਇਹਦਾ ਵਿੱਚ ਆਉਣ ਦੇ ਅਗਾਂਹ, ਜਿਹੜੇ ਅੱਗੇ ਨਜ਼ਰਾਂ ਲੈਂਦੇ ਸੀ, ਜਿਹੜਾ ਆਦਮੀ ਖੱਡਾ ਦੇ ਵਿੱਚ ਰਹਿੰਦਾ ਸੀ, ਉਹਦੇ ਪੁੱਤਰ ਉੱਠਦੇ ਫਿਰਦੇ ਵਿੱਚ ਸਮਾਨ ਦੇ, ਇਸ ਤਰ੍ਹਾਂ ਬਹੁਤ ਸਾਰਾ ਪੇਸ਼ ਹੋਣਗੇ, ਫਟੀਆਂ ਫਟੀਆਂ ਲੀੜਾਂ ਸਾਹਮਣੇ ਦੁਖੀ ਮਾਂ ਪੁੱਤ ਵਿੱਚ ਨੇ, ਇਹ ਦੁਨੀਆਂ ਇੱਕ ਅਖਾੜਾ ਹੈ, ਇਹ ਖਲਕਤ ਹੈ, ਤਮਾਸ਼ਾ ਹੈ, ਮੈਂ ਜੀਵਨ ਖੇਡ ਵਿੱਚ ਖੁੱਲਦੇ ਬੜੇ ਇਨਸਾਨ ਵੇਖੇ ਨੇ, ਹੁਣ ਯਾਦ ਸ਼ਕਤੀ ਦੀ ਪਿੱਛਾ ਦੇ ਗਈ ਹੈ, ਪਤਾ ਨਹੀਂ ਇਸ ਕਾਡੀਆਂ ਨੇ ਹੁਣ ਉੱਥੇ ਵੀ ਤੁਸੀਂ ਭੁੱਲਦੇ ਨੀ, ਬਿਲਕੁਲ ਉੱਥੇ ਤੁਹਾਨੂੰ ਸਾਰੀਆਂ ਆ ਜਾਂਦੀਆਂ। ਅਸੀਂ ਮਹਾਂ ਚਲੋ ਇੱਕ ਵਾਰ ਦੇ ਸਰਬੰਧ ਯਾਦ, ਮਹਾਂ ਸਿੰਘ ਵਿੱਚ ਆਣ ਕੇ ਮਲਾਮ ਦੇ ਸ਼ਮੀ ਖਾਨ ਨੂੰ ਕਿਹਾ ਲੁਕਾਰ, ਅੱਜ ਸਿੱਖਾਂ ਦੇ ਪਠਾਣਾ ਦੋਹਾਂ ਧਿਰਾਂ ਦੀ ਪਰਚੀ ਦਾ ਜੱਗ ਵਿੱਚ ਤਲਵਾਰ, ਉਹਦੇ ਧਿਰਾ ਕਮਾਉਂਦੇ ਸੂਰ ਕਿਸੇ ਰਹਿਣ ਦਸਤਾਰ, ਅੱਜ ਤੇਗ ਨਾਲ ਤੁਲ ਜੂ ਬਹਾਦਰੀ, ਤੁਹਾਨੂੰ ਸਿਰਾਂ ਨਾਲ ਜਿੱਤ ਤੇ ਹਾਰ। ਤੁਸੀਂ ਉਮਤ ਬੇਟਾ, ਪਹਿਲੀ ਗੱਲ ਹੈ ਅਸੀਂ ਗਏ ਹਾਂ ਇੱਥੇ ਗੁਰਦੁਆਰਾ ਸਾਹਿਬ, ਉਹਦੀ ਇੱਕ ਮਿੰਟ ਉਹਦੀ ਅਸੀਰ ਪਹਿਲੀ, ਅੱਜ ਤੇਗ ਨਾਲ ਤੁਲ ਜੂ ਬਹਾਦਰੀ, ਤੁਹਾਨੂੰ ਸਿਰਾਂ ਨਾਲ ਜਿੱਤ ਅਤੇ ਹਾਰ। ਉੱਥੇ ਅੱਜ ਕੱਲ੍ਹ ਹੁਣ ਇਹ ਸਾਲ ਹੈ ਜੀ ਵੀ ਕਿ 2 ਦਿਨ ਵੀ ਸਾਡੀਆਂ ਦਾ ਆਲਾ ਵਿਹਲਾ ਰਿਹਾ, ਹੋਰ ਕਿਸੇ ਨੂੰ ਤੁਰ ਜਾਂਦਾ, ਕਿਸੇ ਨੂੰ ਤੁਰ ਜਾਂਦਾ, ਕਿਸੇ ਨੂੰ ਤੁਰ ਜਾਂਦਾ। ਉੱਥੇ ਹੁਣ ਮੇਰਾ ਸੰਗੀ ਵਾਲਾ ਪੂਰਨ ਸਿੰਘ, ਪਹਿਲਾਂ ਇਹਦਾ ਭਰਾ ਹੀ ਸੀ ਚਾਚੇ ਤਾਏ ਦਾ, ਸੁਰਜਣ ਸਿੰਘ ਹੋ ਰਿਹਾ, ਉਹਨੂੰ ਜਿਹੜੇ ਸਾਥੀ ਸਨ ਉਹਦੇ ਦੋਸਤ ਉਹਨਾਂ ਨੇ ਮਾਰਿਆ, ਸ਼ਰਾਬੀ ਖਾਬੀ ਬਣਾ ਲਿਆ। ਪਹਿਲਾਂ ਪਤਾ ਹੋਣਾ ਵੀ ਜੇਬਾਂ ਫਾ ਖੋਲ ਲੈਣੀਆਂ ਆਉਂਦੀਆਂ, ਕਿੰਨੇ ਪੈਸੇ ਲੈਣੇ ਆ ਰੱਖ ਕਿੱਦਣ। ਮੈਨੂੰ ਇੱਕ ਗੱਲ ਯਾਦ, ਇੱਕ ਦਿਨ ਰਾਤ ਘਰ 'ਚ ਬੈਠਿਆ ਤਾਂ ਉਹਦੀ ਕਰਦੀ ਕਹਿੰਦੀ ਹੈ, ਜੇ ਤੁਸੀਂ 5-10 ਰੁਪਈਏ ਇਹਦੇ ਇੱਥੇ ਤੋਂ ਰੱਖ ਲਿਆ ਕਰ। ਮੈਂ ਕਿਹਾ ਬੀਬੀ ਮੈਂ ਤੁਹਾਨੂੰ ਭੇਜ ਦਿਆ ਕਰਾਂ, ਜਦੋਂ ਮੈਨੂੰ ਲੋੜ ਹੋਵੇਗੀ। ਮੇਰੇ ਦਿਲ 'ਤੇ ਬੜੀ ਚੋਟ ਲੱਗੀ, ਔਰ ਚੋਟ ਵੀ ਜਿਸ ਵੇਲੇ ਉਹ ਮਰ ਰਹੀ ਸੀ, ਉਹ ਸ਼ਰਾਬੀ ਹੋਇਆ ਪਿਆ। ਉਦੋਂ ਪਿੱਛੇ ਪੂਰਨ ਸਿੰਘ ਸਾਥੀ ਆਇਆ, ਮੈਂ ਕਿਹਾ ਵੀ ਪਹਿਲੀ ਗੱਲ ਆਹ ਆਈ ਸ਼ਰਟ, ਹੁਣ ਉਹ ਉਮਰ ਨਾਲ ਵੀ ਮੇਰੇ ਬੱਚਿਆਂ ਵਾਂਗ, ਉਹਦੇ ਘਰੋਂ ਬੀਬੀ ਹੈ, ਨਹੀਂ ਜਾਵਾਂਗੇ, ਗੱਲ ਲੱਗ ਕੇ ਮਿਲੇਗੀ, ਮੈਨੂੰ ਪਿਤਾ ਜੀ ਕਹੇਗੀ, ਮੈਨੂੰ ਪੁੱਤਰ ਕਹਿਣਾ। ਮੇਰਾ ਵੱਡਾ ਲੜਕਾ ਮੇਰੇ ਤੋਂ 20 ਸਾਲ ਛੋਟਾ ਹੈ, ਉਹ 67 ਸਾਲ ਦਾ ਸੀ,
ਤੇ ਕਿਹੜੀ ਉਮਰ 67 ਸਾਲ ਤੋਂ ਘੱਟ ਹੋਵੇ ਉਹਨੂੰ ਤਾਂ ਮੈਂ ਆਪਣੇ ਬੱਚਿਆਂ ਵਾਸਤੇ ਨਹੀਂ ਸਕਦਾ ਨਾ। ਉਹ ਬੀਬੀ ਜਾ ਕੇ ਇੱਕ ਮੇਰੇ ਘਰ ਲੱਗੇਗੀ, ਪਿਤਾ ਜੀ ਕਹੇਗੀ, ਮੈਂ ਪੁੱਤਰ ਕਹਿੰਦਾ। ਇੱਕ ਵਾਰ ਇਕੱਠੇ ਪਏ ਹਾਂ, ਇੱਕ ਪਾਸੇ ਪੂਰਨ ਸਿੰਘ ਮੁੱਠੀਆਂ ਭਰਨ ਆਉਣ ਲੱਗਾ, ਦੂਜੇ ਪਾਸੇ ਉਹ ਬੀਬੀ ਮੇਰੀਆਂ ਲੱਤਾਂ ਨੱਪਣ ਆਉਣ ਲੱਗੀ। ਮੇਰੇ ਵਾਸਤੇ ਉਹ ਮੇਰੇ ਬੱਚਿਆਂ ਵਾਂਗ ਥੋੜ੍ਹੀ ਇੱਕ ਮੈਂ ਤੁਹਾਨੂੰ ਸੁਣਾਉਣੀ ਚਾਹਾਂ ਜੀ, ਬਤੌਰ ਰਿਕਾਰਡ ਦੇ ਤੌਰ 'ਤੇ, ਕਿਉਂਕਿ ਰਿਕਾਰਡ ਹੋ ਰਹੀ ਗੱਲ ਸਿੱਧੂ ਸਾਹਿਬ ਨੂੰ ਤਾਂ ਹੁਣ ਆਪਣੀਆਂ ਕਵਿਤਾਵਾਂ ਵੀ ਉਹਦੇ ਭੁੱਲ ਰਹੀਆਂ ਨੇ। ਇਹ ਉਹਨਾਂ ਦਿਨਾਂ 'ਚ ਪੰਜਾਬੀ ਸੂਬੇ ਦਾ ਮੋਰਚਾ ਬੜਾ ਪਖਿਆ ਹੋਇਆ ਸੀ ਅਤੇ ਮਾਸਟਰ ਤਾਰਾ ਸਿੰਘ ਇੱਕ ਵਾਰ ਵਰਤ ਰੱਖ ਕੇ ਛੱਡ ਚੁੱਕੇ ਸੀ, ਸੰਤ ਫਤਿਹ ਸਿੰਘ ਨੇ ਇੱਕ ਵਾਰ ਵਰਤ ਰੱਖਿਆ ਮਰਨ ਵਰਤ ਜਿਹੜੇ ਸੀ ਮਰਨ ਵਰਤ ਰੱਖਿਆ ਔਰ ਉਹ ਵੀ ਛੱਡ ਚੁੱਕਾ ਸੀਗਾ। ਔਰ ਇਸ ਗੱਲ ਦਾ ਤਕਰੀਰਾਂ ਆਪਣੀਆਂ ਜਗ੍ਹਾ ਕਰਦਾ ਸੀ ਕਿ ਮੇਰੀ 74 ਕਿਲੋ ਚਰਬੀ ਜਿਹੜੀ ਮੈਂ ਪੰਜਾਬੀ ਸੂਬੇ ਲਈ ਦੇ ਦਿੱਤੀ ਹੈ। ਉਹ ਇੱਕ ਪਤਾ ਹਾਂ ਦੀਵਾਲੀ ਦਾ ਪਤਾ ਨਹੀਂ ਜਾਂ ਵਿਸਾਖੀ ਦਾ ਸੀ, ਕੋਈ ਦੀਵਾਨ ਰਾਤ ਮੰਜੀ ਸਾਹਿਬ ਸੀਤਲ ਜੀ ਬੋਲਣ ਲੱਗੇ ਸਟੇਜ ਉੱਤੇ, ਥੱਲੇ ਅਕਾਲੀ ਲੀਡਰ ਵੀ ਸਟੇਜ ਉੱਤੇ ਨਾਲ ਬੈਠੇ ਹੋਏ ਸੀ। ਹਰਚਰਨ ਸਿੰਘ ਹੁਦਿਆਰਾ ਅਕਾਲੀ ਹੁੰਦਾ ਸੀ, ਹਰਚਰਨ ਸਿੰਘ ਹੁਦਿਆਰਾ ਨੇ ਕਿਉਂਕਿ ਪਹਿਲਾਂ ਥੱਲੇ ਕਿਤੇ ਗੱਲਾਂ ਬਾਤਾਂ ਕਰ ਰਹੇ, ਪਹਿਲਾਂ ਸਟੇਜ ਤੋਂ ਕੋਈ ਹੋਰ ਵੀ ਬੋਲ ਰਿਹਾ ਸੀ, ਮਰਨ ਵਰਤ ਦੀਆਂ ਗੱਲਾਂ ਚੱਲ ਰਹੀਆਂ ਸੀ ਅਤੇ ਹੁਦਿਆਰੇ ਨੇ ਕਿਹਾ ਸੀਤਲ ਜੀ ਤੁਸੀਂ ਵੀ ਮਰਨ ਵਰਤ ਰੱਖੋ, ਸ਼ਾਇਦ ਕਿ ਤੁਸੀਂ ਮਰਨ ਵਰਤ ਰੱਖੋ। ਉਹ ਸੀਤਲ ਜੀ ਸਟੇਜ ਉੱਤੇ ਸੀਗੇ, ਇਹਨਾਂ ਨੇ ਕਿਹਾ ਭਾਈ ਇਹ ਮਰਨ ਵਰਤ ਰੱਖਣਾ ਮੇਰਾ ਕੰਮ ਨਹੀਂ ਗਾ, ਇਹ ਮਰਨ ਵਰਤ ਰੱਖਣਾ ਤੁਹਾਡਾ ਲੀਡਰਾਂ ਦਾ ਕੰਮ ਆ, ਤੁਸੀਂ ਮਰਨ ਵਰਤ ਰੱਖੋ ਅਤੇ ਮਰਨ ਵਰਤ ਰੱਖ ਕੇ ਫਿਰ ਮਰੋ ਵੀ, ਤੁਹਾਡੀਆਂ ਵਾਰਾਂ ਲਿਖਣੀਆਂ ਬਾਅਦ ਵਿੱਚ ਮੇਰਾ ਕੰਮ।